कुलवीर जी की कहोगे कि 1 तरीक नू सूबा वासियां नू राहत मिलन जा रही है 300 यूनिट दी? ਬਿਲਕੁਲ ਜੇ ਗੱਲ ਕਰੀਏ ਤਾਂ ਆਮ ਆਦਮੀ ਪਾਰਟੀ ਨੇ ਇਲੈਕਸ਼ਨਾਂ ਤੋਂ ਪਹਿਲਾਂ ਹੀ ਇਹ ਅਨਾਉਂਸਮੈਂਟ ਕਰ ਦਿੱਤੀ ਗਈ ਸੀ ਕਿ ਸਾਡੀ ਸਰਕਾਰ ਬਣਦੇ ਹੀ ਜਿਹੜਾ ਕਿ 300 ਯੂਨਿਟ ਹਰ ਇੱਕ ਪੰਜਾਬੀ ਲਈ ਹਰ ਇੱਕ ਪੰਜਾਬ ਦੇ ਵਾਸੀ ਲਈ ਜਿਹੜੀ ਆ ਉਹ ਮਾਫ ਹੋਵੇਗੀ ਜਿਸ ਦੇ ਵਿੱਚ ਜੇ ਲਗਭਗ ਦੇਖੀਏ ਤਾਂ ਪੰਜਾਬ ਦੇ ਵਿੱਚ 2 ਮਹੀਨਿਆਂ ਦਾ ਬਿੱਲ ਆਉਂਦਾ ਹੈ ਜਿਸ ਤੇ 600 ਯੂਨਿਟ ਤਕਰੀਬਨ ਮਾਫ ਹੋ ਜਾਵੇਗੀ ਤਾਂ ਅੱਜ ਜਿਹੜਾ ਅਨਾਉਂਸਮੈਂਟ ਹੋਈ ਆ ਅਖਬਾਰਾਂ ਦੇ ਵਿੱਚ ਇਸ਼ਤਿਹਾਰ ਵੀ ਲੱਗੇ ਹੋਏ ਨੇ ਸਪੋਕਸ ਪਰਸਨ ਜਿਹੜਾ ਕਿ ਆਪਣਾ ਪੰਜਾਬ ਦੇ ਨੇ ਨੀਲ ਗਰਗ ਉਹਨਾਂ ਨੇ ਵੀ ਦੱਸਿਆ ਕਿ ਜਿਹੜੀ 300 ਯੂਨਿਟ ਸਰਕਾਰ ਬਿਜਲੀ ਮਾਫ ਕਰਨ ਜਾ ਰਹੀ ਹੈ ਔਰ ਕਰ ਚੁੱਕੀ ਹੈ ਕਿਉਂਕਿ ਇਸ਼ਤਿਹਾਰ ਹੀ ਲੱਗ ਗਏ ਨੇ ਇਸ ਦੇ ਬਾਰੇ ਲੋਕ ਕੀ ਕਹਿੰਦੇ ਨੇ ਮੇਰੇ ਨਾਲ ਮਹੱਲਾ ਵਾਸੀ ਵੀ ਖੜੇ ਨੇ ਉਹਨਾਂ ਦੇ ਵਿੱਚ ਕਿੰਨੀ ਕੁ ਖੁਸ਼ੀ ਇਸ ਗੱਲ ਦੀ ਹੈ ਉਹ ਵੀ ਆਪਾਂ ਸੁਣਦੇ ਹਾਂ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਕੀ ਲੱਗ ਰਿਹਾ ਜੀ ਤੁਹਾਨੂੰ ਜਿਹੜਾ ਅੱਜ ਪੰਜਾਬ ਸਰਕਾਰ ਨੇ 300 ਯੂਨਿਟ ਖਾਸ ਕਰਕੇ ਭਗਵੰਤ ਮਾਨ ਜੀ ਨੇ ਅੱਜ ਜਿਹੜੇ ਬਿਜਲੀ ਦੇ ਮਾਫ ਕਰ ਦਿੱਤੇ ਕੀ ਲੱਗ ਰਿਹਾ ਸਾਨੂੰ ਬਹੁਤ ਖੁਸ਼ੀ ਹੋਈ ਹੈ ਜੀ ਕਿ ਵੀ ਭਗਵੰਤ ਮਾਨ ਨੇ ਬਿਜਲੀ ਸਾਨੂੰ ਮਾਫ ਕਰਕੇ ਅਸੀਂ ਇਹਨਾਂ ਦਾ ਧੰਨਵਾਦ ਕਰਦੇ ਹਾਂ ਭਗਵੰਤ ਮਾਨ ਜੀ ਦਾ ਸਾਨੂੰ ਹੱਦੋਂ ਵੱਧ ਖੁਸ਼ੀ ਹੋਈ ਹੈ ਕਿ ਵੀ ਸਾਨੂੰ ਭਗਵੰਤ ਮਾਨ ਨੇ ਬਹੁਤ ਕੇਜੁਲਟ ਮਾਫ ਕਰਕੇ ਸਾਨੂੰ ਬਹੁਤ ਚੰਗਾ ਲੱਗਿਆ ਜੀ ਤੁਸੀਂ ਕੀ ਕਹਿਣਾ ਚਾਹੋਗੇ ਤੁਸੀਂ ਖੁਦ ਕਿਰਾਏ ਤੇ ਰਹਿੰਦੇ ਹੋ ਤੁਹਾਨੂੰ ਵੀ ਪਤਾ ਲੱਗਦਾ ਕਿ ਵੀ ਕਿੰਨਾ ਬਿੱਲ ਭਰਨਾ ਔਖਾ ਹੈ ਹਾਂਜੀ ਬਹੁਤ ਔਖਾ ਹੈਗਾ ਬਿੱਲ ਭਰਨਾ ਸਾਡੇ ਬੱਚੇ ਪ੍ਰਾਈਵੇਟ ਕੰਮ ਕਰਦੇ ਆ ਤੇ ਸਾਨੂੰ ਬਹੁਤ ਮੁਸ਼ਕਿਲਾਂ ਸੀ ਤੇ ਸਾਨੂੰ ਬਹੁਤ ਬਹੁਤ ਖੁਸ਼ੀ ਹੈ ਬਹੁਤ ਬਹੁਤ ਹੱਦ ਤੋਂ ਜ਼ਿਆਦਾ ਖੁਸ਼ੀ ਹੈ ਕਿ ਸਾਨੂੰ ਬਿਜਲੀ ਦਾ ਬਿੱਲ ਮਾਫ ਹੋਇਆ ਔਰ 2 ਮਹੀਨਿਆਂ ਦੇ 600 ਯੂਨਿਟਾਂ ਮਾਫ ਹੋ ਕੇ ਤੇ ਸਾਨੂੰ ਬਹੁਤ ਚੰਗਾ ਲੱਗ ਰਿਹਾ ਜੀ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਇਸ ਗੱਲ ਦੇ ਉੱਤੇ ਕਿਉਂਕਿ ਅੱਜ ਬਹੁਤ ਵੱਡੀ ਅਨਾਉਂਸਮੈਂਟ ਹੋਈ ਹੈ ਇਹ ਹਰ ਇੱਕ ਦੇ ਲਈ ਹੈ ਕਿਸੇ ਇੱਕ ਵਰਗ ਲਈ ਨਹੀਂ ਹੈ ਕੀ ਕਹਿਣਾ ਚਾਹੋਗੇ ਅਸੀਂ ਬਹੁਤ ਖੁਸ਼ੀ ਮੰਨਦੇ ਹਾਂ ਕਿ ਹੁਣ ਤੱਕ ਪੰਜਾਬ ਸਰਕਾਰਾਂ ਨੇ ਬਹੁਤ ਵਾਅਦੇ ਕੀਤੇ ਪਹਿਲੀ ਸਰਕਾਰ ਆ ਜਿਹੜਾ ਇਹਨਾਂ ਨੇ ਵਾਅਦਾ ਪੂਰਾ ਕੀਤਾ ਮੈਂ ਕਹਿੰਦੀ ਵੀ ਜਿਹੜੇ ਹੋਰ ਵੀ ਵਾਅਦੇ ਕੀਤੇ ਸਾਰੇ ਪੂਰੇ ਕੀਤੇ ਜਾਣ ਕੁਲਵੀਰ ਕਿਰਨ ਨੂੰ ਇਹ ਸਵਾਲ ਜ਼ਰੂਰ ਕਰੋ ਕਿਉਂਕਿ ਜਿਸ ਹਿਸਾਬ ਨਾਲ ਆਮ ਆਦਮੀ ਪਾਰਟੀ ਨੇ ਇਹ ਪਹਿਲਾਂ ਐਲਾਨ ਕੀਤਾ ਸੀ ਕਿ 300 ਯੂਨਿਟ ਤੱਕ ਫ੍ਰੀ ਹੋਏਗੀ ਬਿਜਲੀ ਲੇਕਿਨ ਉਸ ਤੋਂ ਬਾਅਦ ਜੇਕਰ 301 ਯੂਨਿਟ ਹੁੰਦੀ ਆ ਤਾਂ ਪੂਰਾ ਬਿਜਲੀ ਦਾ ਜਿਹੜਾ ਬਕਾਇਆ ਜਾਂ ਪੂਰਾ ਬਿਜਲੀ ਦਾ ਬਿੱਲ ਹੈ ਉਹ ਪੇ ਕਰਨਾ ਪਏਗਾ ਉਸ ਨੂੰ ਕਿਦਾਂ ਦੇਖਦੇ ਨੇ ਲੋਕ ਬਿਲਕੁਲ ਜੇ ਗੱਲ ਕਰ ਲੈਣੇ ਜੇ 300 ਯੂਨਿਟ ਤੋਂ ਉੱਪਰ ਜਿਹੜੀ ਤੁਸੀਂ ਬਿਜਲੀ ਫੂਕਦੇ ਹੋ ਉਹ ਕਹਿੰਦੇ ਨੇ ਕਿ ਵੀ 300 ਯੂਨਿਟ ਤੱਕ ਦੇ ਵੀ ਉਸ ਦੇ ਜਿਹੜੇ ਨੇ ਪੈਸੇ ਲੱਗ ਸਕਦੇ ਨੇ ਉਹਦੇ ਨਾਲ ਕੀ ਫਰਕ ਪਊਗਾ ਲੱਗਦਾ ਹੈ ਕਿ ਇਸ ਤਰ੍ਹਾਂ ਹੋ ਸਕਦਾ ਦੇਖੋ ਇਹ ਜਿਹੜੇ ਵਾਅਦੇ ਕੀਤੇ ਆ ਸਰਕਾਰਾਂ ਨੇ ਇਹ ਪੂਰੇ ਕਰਨ ਹੀ ਸਾਡੀ ਉਮੀਦ ਹੈ ਬਾਕੀ ਜੇ 300 ਯੂਨਿਟ 1 ਮਹੀਨੇ ਦੀ ਮਾਫ ਹੋਈ ਹੈ 600 2 ਮਹੀਨੇ ਦੀ ਅਸੀਂ ਉਮੀਦ ਕਰਦੇ ਹਾਂ ਕਿ ਅਸੀਂ ਓਨੇ ਕੁ ਦੇ ਹੀ ਪੈਸੇ ਭਰੀਏ ਜਿੰਨੇ ਕੁ ਅਸੀਂ ਖਰਚੀ ਕੀਤੀ ਹੈ ਜਿਹੜੀਆਂ ਸਰਕਾਰ ਵੱਲੋਂ ਮਾਫ ਕੀਤੀਆਂ ਗਈਆਂ ਅਜੇ ਤੱਕ ਕੁਝ ਚੀਜ਼ਾਂ ਦੇ ਵਿੱਚ ਨਾ ਜਿਹੜੀ ਕਲੀਅਰਟੀ ਨਹੀਂ ਆ ਰਹੀਗੀ ਕਿਉਂਕਿ 300 ਯੂਨਿਟ ਤੱਕ ਉਹਨਾਂ ਨੇ ਕਿਹਾ ਵੀ ਜੇ 301 ਯੂਨਿਟ ਹੋ ਗਿਆ ਤਾਂ ਕੀ 301 ਯੂਨਿਟ ਦੇ ਇਹਨਾਂ ਪੈਸੇ ਲੱਗਣ ਕਿਤੇ ਇਹ ਨਾ ਹੋਵੇ ਕਿ ਜਿਹੜੇ 300 ਯੂਨਿਟ ਮਾਫ ਹੈ ਉਹ ਵੀ ਨਾ ਹੋਣ ਕਿ ਉਹਦਾ ਕਰਕੇ 301 ਦੇ ਹੀ ਲੱਗਣ ਪੂਰੇ ਇਹ ਤਾਂ ਹੁਣ ਦੇਖੋ ਕੁਝ ਕਿਹਾ ਨਹੀਂ ਜਾ ਸਕਦਾ ਸਰਕਾਰ ਵੱਲੋਂ ਸਰਕਾਰ ਕੀ ਕਰੂਗੀ ਬਾਕੀ ਜੇ 300 ਯੂਨਿਟ ਮਾਫ ਹੈ ਤੇ 1 ਯੂਨਿਟ ਅਸੀਂ ਐਕਸਟਰਾ ਕਰਦੀ ਤੇ ਬਾਕੀ ਸਾਰਿਆਂ ਦੇ ਪੈਸੇ ਲੱਗਣਗੇ ਤਾਂ ਬਹੁਤ ਗਲਤ ਗੱਲ ਹੈ ਅਸੀਂ ਚਾਹੁੰਦੇ ਹਾਂ ਵੀ ਜੇ ਅਸੀਂ ਫਾਲਤੂ ਯੂਨਿਟ ਕਰੀਏ ਤੇ ਉਸਦੇ ਅਸੀਂ ਓਨੇ ਕੀ ਪੈਸੇ ਭਰੀਏ ਇਹ 300 ਯੂਨਿਟ ਦੇ ਨਹੀਂ ਬਿਲਕੁਲ ਬਿਲਕੁਲ ਤੁਹਾਡੀ ਗੱਲ ਬਿਲਕੁਲ ਠੀਕ ਹੈ ਤੁਸੀਂ ਮੇਰੇ ਨਾਲ ਹੋਰ ਵੀ ਨੇ ਮੈਡਮ ਗੱਲ ਕਰਦੇ ਆ ਜਿਹੜਾ ਅੱਜ ਮਤਲਬ ਸਰਕਾਰ ਵੱਲੋਂ ਇੱਕ ਜਿਹੜਾ ਮਾਫ ਕੀਤੀ ਗਈ ਹੈ ਬਿਜਲੀ ਮਾਫ ਕੀਤੀ ਗਈ ਹੈ 300 ਯੂਨਿਟ ਤੋਂ ਲੈ ਕੇ 600 ਯੂਨਿਟ ਯਾਨੀ ਕਿ 2 ਮਹੀਨਿਆਂ ਦੀ ਹੋ ਜਾਣੀ ਹੈ ਕਿ ਤੁਹਾਨੂੰ ਕਿਵੇਂ ਲੱਗਦਾ ਹੈ ਕਿ ਇਹ ਠੀਕ ਕੀਤਾ ਹਾਂਜੀ ਬਹੁਤ ਵਧੀਆ ਕੀਤਾ ਕਿਉਂਕਿ ਅਸੀਂ ਇੰਨਾ ਬਿੱਲ ਨਹੀਂ ਭਰ ਸਕਦੇ ਸੀਗੇ ਕਿਉਂਕਿ ਸਾਡੇ ਆਪਣੇ ਖਰਚੇ ਬਹੁਤ ਜ਼ਿਆਦਾ ਹੈ ਬਹੁਤ ਮਹਿੰਗਾਈ ਹੋਈ ਪਈ ਹੈ ਇਸ ਕਰਕੇ ਸਾਨੂੰ ਵੱਧ ਤੋਂ ਵੱਧ ਖੁਸ਼ੀ ਹੈਗੀ ਹੈ ਜੀ ਧੰਨਵਾਦ ਕਰਦੇ ਆ ਬਿਲਕੁਲ ਦੇਖੋ ਸਾਰੇ ਲੋਕ ਜਿਹੜੇ ਨੇ ਇਸ ਚੀਜ਼ ਦੇ ਵਿੱਚ ਖੁਸ਼ ਨੇ ਕਿ ਬਿਜਲੀ ਦੇ ਜਿਹੜੇ ਠੀਕ ਹੈ ਕੁਲਵੀਰ ਸਾਡੇ ਨਾਲ ਦੇਵਾਨੰਦ ਵੀ ਮੌਜੂਦ ਨੇ ਫਰੀਦਕੋਟ ਤੋਂ ਉਹਨਾਂ ਦੇ ਨਾਲ ਵੀ ਗੱਲਬਾਤ ਕਰ ਲੈਂਦੇ ਆ ਦੇਵਾਨੰਦ ਕੀ ਕਹਿ ਰਹੇ ਨੇ ਲੋਕ ਜਿੱਥੇ ਇੱਕ ਪਾਸੇ ਬਠਿੰਡਾ ਵਾਸੀਆਂ ਦਾ ਤਾਂ ਇਹ ਕਹਿਣਾ ਹੈ ਕਿ ਜੇਕਰ 301 ਯੂਨਿਟ ਹੁੰਦੀ ਹੈ ਤਾਂ ਉਹ ਬਹੁਤ ਮਾੜੀ ਗੱਲ ਹੋਏਗੀ 301 ਯੂਨਿਟ ਦੇ ਪੂਰੇ ਪੈਸੇ ਵਸੂਲੇ ਜਾਣ ਤਾਂ ਫਰੀਦਕੋਟ ਦੇ ਵਾਸੀ ਕੀ ਕਹਿ ਰਹੇ ਨੇ ਬਿਲਕੁਲ ਫਰੀਦਕੋਟ ਦੇ ਲੋਕ ਸਾਡੇ ਨਾਲ ਮੌਜੂਦ ਨਾਲ ਗੱਲ ਕਰਦੇ ਆ ਕਿਉਂਕਿ ਅੱਜ ਪੂਰੇ ਇਸ਼ਤਿਹਾਰ ਲੱਗੇ ਨੇ 300 ਯੂਨਿਟ ਫ੍ਰੀ ਬਿਜਲੀ ਗੱਲ ਕੀਤੀ ਗਈ ਹੈ ਕਿਉਂਕਿ ਭਗਵੰਤ ਮਾਨ ਸਰਕਾਰ ਦਾ ਵਾਅਦਾ ਸੀ ਕਿਸ ਤਰ੍ਹਾਂ ਦੇਖ ਦੋ ਜੀ ਇਸ ਗੱਲ ਨੂੰ ਜਿਹੜੇ ਭਗਵੰਤ ਮਾਨ ਸਰਕਾਰ ਦਾ ਵਾਅਦਾ ਸੀ ਅੱਜ ਇਸ਼ਤਿਹਾਰ ਵੀ ਲੱਗੇ ਨੇ 300 ਯੂਨਿਟ ਫ੍ਰੀ ਦਾ ਪਹਿਲਾਂ ਤਾਂ ਸਾਰੇ ਪੰਜਾਬੀਆਂ ਨੂੰ ਇਸ ਗੱਲ ਦੀ ਬਹੁਤ ਵਧਾਈ ਕਿ 1 ਮਹੀਨਾ ਸਰਕਾਰ ਬਣੀ ਨੂੰ ਅੱਜ ਹੋ ਗਿਆ ਤੇ ਉਹਨਾਂ ਨੇ ਆਪਣਾ ਜਿਹੜਾ ਕੀਤੇ ਕੰਮਾਂ ਦਾ ਰਿਪੋਰਟ ਕਾਰਡ ਪੇਸ਼ ਕੀਤਾ ਜਿਹਦੇ ਵਿੱਚ ਪਹਿਲੀ ਗਰੰਟੀ ਜਿਹੜੀ 300 ਯੂਨਿਟ ਬਿਜਲੀ ਫ੍ਰੀ ਦੀ ਸੀਗੀ ਉਹ ਕੇਜਰੀਵਾਲ ਸਾਹਿਬ ਅੱਜ ਪੂਰੀ ਕਰਨ ਜਾ ਰਹੇ ਆ ਔਰ ਇਹ ਜਿਹੜੀ ਹੈਗੀ ਆ ਇਹਦਾ ਸਾਰੇ ਵਰਗਾਂ ਨੂੰ ਕਿਸੇ ਨਾਲ ਇਹਦੇ ਵਿੱਚ ਕੋਈ ਪਾਰਸ਼ੈਲਿਟੀ ਨਹੀਂ ਕੀਤੀ ਗਈ ਹਰੇਕ ਵਰਗ ਨੂੰ ਇਹਦੇ ਵਿੱਚ ਬਰਾਬਰ ਰੱਖਿਆ ਗਿਆ ਚਾਹੇ ਉਹ ਕਿਸੇ ਵੀ ਵਰਗ ਦਾ ਹੋਵੇ ਕਿੰਨੀ ਉਹਦੀ ਆਮਦਨ ਹੋਵੇ ਇਹ ਬਹੁਤ ਵੱਡਾ ਉਪਰਾਲਾ ਇਹਦੇ ਵਿੱਚ ਸਭ ਤੋਂ ਵੱਡਾ ਜਿਹੜਾ ਹੈਗਾ ਫਾਇਦਾ ਉਹ ਸਾਡੇ ਗਰੀਬ ਵਰਗ ਨੂੰ ਹੋਣਾ ਜਿਨ੍ਹਾਂ ਨੂੰ ਵਿਚਾਰੇ ਅਜੇ ਤੱਕ ਘਰਾਂ ਦੇ ਮੀਟਰ ਨਹੀਂ ਲੱਗੇ ਸੀ ਜਾਂ ਮੀਟਰ ਲਵਾ ਨਹੀਂ ਸਕੇ ਸੀ ਕਿ ਉਹ ਬਿੱਲ ਭਰਨ ਦੇ ਸਮਰੱਥ ਨਹੀਂ ਸੀਗੇ ਇਸ ਕਰਕੇ ਇਹ ਅਸੀਂ ਤਾਂ ਪੰਜਾਬੀਆਂ ਨੂੰ ਮੈਂ ਇਹੀ ਅਪੀਲ ਕਰਦਾ
ਵੀ ਤੁਸੀਂ ਆਮ ਆਦਮੀ ਪਾਰਟੀ ਦੀ ਸਰਕਾਰ ਤੇ ਜੇ ਵਿਸ਼ਵਾਸ ਕੀਤਾ ਤਾਂ ਵਿਸ਼ਵਾਸ ਆਪਣਾ ਬਣਾ ਕੇ ਰੱਖੋ। ਕੇਜਰੀਵਾਲ ਸਾਹਿਬ ਨੇ ਜੋ ਵਾਅਦੇ ਕੀਤੇ ਦਿੱਲੀ ਦੇ ਵਿੱਚ ਪੂਰੇ ਕੀਤੇ ਆ, ਇਸੇ ਤਰ੍ਹਾਂ ਹੀ ਉਹ ਅੱਗੇ ਵੀ ਸਾਰੇ ਵਾਅਦੇ ਪੂਰੇ ਕਰਦੇ ਰਹਿਣਗੇ। ਬਿਲਕੁਲ ਗੱਲ ਕਰਦੇ ਹਾਂ, ਕਿਸ ਤਰ੍ਹਾਂ ਲਾਦਾ ਗਿਆ 300 ਯੂਨਿਟ ਤੋਂ 301 ਯੂਨਿਟ ਦਾ, ਉਦੋਂ ਬਾਅਦ ਫਿਰ ਪੂਰੇ ਦਾ ਬਿੱਲ ਭਰਨਾ ਪਵੇਗਾ, ਇਹਨੂੰ ਕਿਸ ਤਰ੍ਹਾਂ ਦੇ ਦੋਗੇ? ਬਿਲਕੁਲ ਜੀ, ਜਿਹੜਾ ਅਰਵਿੰਦ ਕੇਜਰੀਵਾਲ ਜੀ ਤੇ ਭਗਵੰਤ ਮਾਨ ਜੀ ਨੇ ਆਪਣੇ ਨਾਲ ਸਾਡਾ ਸਭ ਤੋਂ ਪਹਿਲਾਂ ਵਾਅਦਾ ਕੀਤਾ ਸੀ ਉਹ ਅੱਜ ਪੂਰਾ ਕਰਨ ਜਾ ਰਹੇ ਨੇ। ਇਹਦੇ ਵਿੱਚ ਜਿਹੜਾ 300 ਯੂਨਿਟ ਪਰ ਮੰਥ ਮਾਫ ਦੀ ਗੱਲ ਕੀਤੀ ਗਈ ਹੈ ਤੇ 600 ਯੂਨਿਟ 2 ਮਹੀਨਿਆਂ ਦਾ ਮਾਫ ਇਵੇਂ ਹੀ ਹੋਵੇਗਾ। ਇਹਦੇ ਵਿੱਚ ਅਸੀਂ ਇਹੀ ਆਸ ਕਰਦੇ ਹਾਂ, ਉਮੀਦ ਕਰਦੇ ਹਾਂ ਕਿ 600 ਯੂਨਿਟ ਹੀ ਮਾਫ ਹੋਵੇਗਾ, 2 ਮਹੀਨੇ ਦਾ, ਮਹੀਨੇ ਦਾ, 1 ਮਹੀਨੇ ਦਾ 300 ਯੂਨਿਟ, ਇਹਨਾਂ ਦਾ ਪਹਿਲਾ ਵਾਅਦਾ ਜਿਹੜਾ ਉਹ ਸਰਕਾਰ ਸਾਡੀ ਪੂਰਾ ਕਰਨ ਜਾ ਰਹੀ ਹੈ। ਬਿਜਲੀ ਦਾ ਬਿੱਲ ਭਰਨ ਤੋਂ ਹਰ ਇੱਕ ਦੀ ਅੱਜ ਕੱਲ੍ਹ ਆਮਦਨ ਮਹਿੰਗਾਈ ਦੇ ਹਿਸਾਬ ਨਾਲ ਗਰੀਬ ਲੋਕ ਨੂੰ। ਬਿਲਕੁਲ, ਜੇ ਗੱਲ ਕਰਦੇ ਹਾਂ ਤੇ ਇਹ ਗੱਲ ਵੀ ਕਹੀ ਜਾ ਰਹੀ ਹੈ ਕਈ ਵਰਕਰਾਂ ਨੂੰ ਉੱਥੇ ਬਈ 301 ਯੂਨਿਟ ਹੁੰਦਾ ਪੂਰੀ, ਫਿਰ 300 ਦੇ ਬਿੱਲ ਭਰਨੇ ਪੈਣਗੇ, ਪੂਰਾ 300 ਦਾ ਬਿੱਲ ਭਰਨਾ ਪਊਗਾ ਜੇ 301 ਹੋ ਜਾਂਦੀ ਹੈ, ਉਸ ਨੂੰ ਕਿਸ ਤਰ੍ਹਾਂ ਵੇਖਦੇ ਤੁਸੀਂ? ਬਿਲਕੁਲ ਜੀ, ਇਹ ਜਿਹੜੀਆਂ ਇਹ ਉਹ ਵਿਰੋਧੀ ਲੋਕ ਨੇ ਜਿਹੜੇ ਉਹ ਇਸ ਗੱਲ ਨੂੰ ਹਵਾ ਦਿੰਦੇ ਨੇ ਕਿ ਇਹਨਾਂ ਦਾ ਆਹ ਕੰਮ ਐਂ ਹੋ ਗਿਆ, ਆਹ ਕੰਮ ਇੰਜ ਹੋ ਗਿਆ, ਪਰ ਜਿਹੜਾ ਵਾਅਦਾ ਕੀਤਾ ਸਾਡੀ ਸਰਕਾਰ ਨੇ, ਆਮ ਆਦਮੀ ਪਾਰਟੀ ਨੇ, ਉਹ ਬਿਲਕੁਲ ਪੂਰਾ ਕੀਤਾ ਜਾਵੇਗਾ। ਜੋ ਉਹਨਾਂ ਨੇ ਕਿਹਾ ਉਹਦੇ 'ਤੇ ਪਹਿਰਾ ਦੇਣਗੇ, ਤੇ ਜਿਹੜੇ ਦੂਜੇ ਲੋਕ ਨੇ ਉਹਨਾਂ ਨੂੰ ਇਸ ਗੱਲ ਦਾ ਡਰ ਲੱਗਿਆ ਹੋਇਆ ਵੀ ਇਹ ਤਾਂ ਵਾਅਦਾ ਇੰਨੇ 1 ਮਹੀਨੇ ਸਰਕਾਰ ਬਣੀ ਨੂੰ ਹੋ ਗਿਆ, ਹਰ ਇੱਕ ਵਾਅਦਾ ਪੂਰੀ ਤਨਦੇਹੀ ਨਾਲ ਸਾਡੇ ਐਮਐਲਏ ਸਾਹਿਬ ਗੁਰਦੀਪ ਸਿੰਘ ਸੇਖੋਂ ਜੀ ਸਾਡੇ ਫਰੀਦਕੋਟ ਦੇ ਹਰ ਇੱਕ ਮਹਿਕਮੇ ਵਿੱਚ ਹਰ ਇੱਕ ਜਗ੍ਹਾ ਤੇ ਉਹਨਾਂ ਪੂਰੀ ਤਨਦੇਹੀ ਨਾਲ ਕੰਮ ਕਰ ਰਹੇ ਨੇ, ਪੂਰੇ ਧਿਆਨ ਨਾਲ ਵਾਚ ਕੇ ਸਾਰੀ ਗੱਲ ਕਰ ਰਹੇ। ਅਸੀਂ ਵਿਰੋਧੀਆਂ ਨੂੰ ਇਹ ਗੱਲ ਦਾ ਡਰ ਲੱਗਾ ਖੜਾ ਵੀ ਉਹ ਕੋਈ ਨਾ ਕੋਈ ਹੋਰ ਹੀ ਛੱਡ ਕੇ ਹਵਾ 'ਚ ਹੀ ਗੱਲ ਛੱਡ ਦਿੰਦੇ ਨੇ, ਵੀ ਇਹ ਲੋਕਾਂ ਨੂੰ ਕਨਫਿਊਜ਼ ਕੀਤਾ ਜਾਵੇ। ਜੋ ਵਾਅਦਾ ਕੀਤਾ ਸਰਕਾਰ ਉਸ ਨੂੰ ਪੂਰਾ ਕਰੇਗੀ ਤੇ ਲੋਕਾਂ ਨੂੰ ਇਸ ਚੀਜ਼ ਦਾ ਬਹੁਤ ਸੁੱਖ ਮਿਲੇਗਾ। ਬਹੁਤ ਹੀ ਅੱਗੇ ਵਾਲੇ ਕੰਮ ਵੀ ਜਿੰਨੇ ਵੀ ਵਾਅਦੇ ਕੀਤੇ ਆ ਸਾਰੇ ਸਟੈਪ ਟੂ ਸਟੈਪ ਸਾਰੇ ਪੂਰੇ ਕੀਤੇ ਜਾਣਗੇ। ਤਾਂ ਅਸੀਂ ਇਸ ਕਰਕੇ ਅਰਵਿੰਦ ਕੇਜਰੀਵਾਲ ਜੀ, ਭਗਵੰਤ ਮਾਨ ਜੀ ਦਾ, ਸਾਰੀ ਸਰਕਾਰ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਬਿਲਕੁਲ, ਲੋਕ ਮਜ਼ਦੂਰ ਨੇ ਕਿਸ ਤਰ੍ਹਾਂ ਵੇਖ ਦੋ, ਜਿਵੇਂ 300 ਯੂਨਿਟ ਫਰੀ ਕਹਿ ਤਾ 301 ਹੁੰਦਾ, ਸਾਰੇ ਦਾ ਬਿੱਲ ਭਰਨਾ ਪਵੇਗਾ। ਇਹ ਪਹਿਲੇ ਵੀ ਕਿਹਾ ਗਿਆ ਸੀ, ਹੁਣ ਵੀ ਇਹ ਗੱਲ ਉੱਠ ਰਹੀ ਹੈ ਵੀ ਜੇ 300 ਤੋਂ 301 ਹੁੰਦੀ ਪੂਰੀ 300 ਬਿੱਲ ਭਰਨਾ ਪਵੇਗਾ, ਇਹਨੂੰ ਕਿਸ ਤਰ੍ਹਾਂ ਵੇਖ ਦੋ ਤੁਸੀਂ? ਨਹੀਂ ਜੀ, ਇਹ ਇਸ ਤਰ੍ਹਾਂ ਨਹੀਂ ਹੈਗਾ ਕਿ ਜੇ 301 ਯੂਨਿਟ ਹੋ ਗਈ ਤਾਂ 1 ਯੂਨਿਟ ਦੇ ਪੈਸੇ ਪੈਣਗੇ, 300 ਯੂਨਿਟ ਮਾਫ ਆ ਪਰ ਮੰਥ। ਜੇ 2 ਮਹੀਨੇ ਦਾ ਬਿੱਲ ਆਉਂਦਾ 600 ਯੂਨਿਟ ਮਾਫ ਆ, ਅਦਰਵਾਈਜ਼ 600 ਤੋਂ ਅਸੀਂ ਉੱਤੇ ਯੂਨਿਟ ਮਚਾਉਣੇ ਆ ਤਾਂ ਪੈਸੇ ਉਨੇ ਯੂਨਿਟਾਂ ਦੇ ਭਰਨੇ ਪੈਣਗੇ। ਫਰਜ਼ ਕਰੋ ਕਿ 610 ਯੂਨਿਟ ਕਿਸੇ ਦਾ ਬਿੱਲ ਆ ਗਿਆ, ਉਹਨੂੰ 10 ਯੂਨਿਟ ਦੇ ਪੈਸੇ ਪੈਣਗੇ। ਇਹ ਕੇਜਰੀਵਾਲ ਸਾਹਿਬ ਬਹੁਤ ਬੜੇ ਕਲੀਅਰ ਸ਼ਬਦਾਂ ਵਿੱਚ ਸਪਸ਼ਟ ਕਰ ਚੁੱਕੇ ਆ ਕਿ ਇਹੋ ਜਿਹੀ ਕੋਈ ਗੱਲ ਨਹੀਂ, ਇਹ ਸਿਰਫ ਅਫਵਾਹਾਂ, ਇਹਨਾਂ ਤੋਂ ਮਾੜਾ ਜਿਹਾ ਸਾਡੇ ਪੰਜਾਬੀਆਂ ਨੂੰ ਬਚ ਕੇ ਰਹਿਣਾ ਪੈਣਾ। ਕੋਈ ਵੀ ਜਿਹੜੀ ਗੱਲ ਆ ਉਹ ਆਮ ਆਦਮੀ ਪਾਰਟੀ ਸਰਕਾਰ, ਅਰਵਿੰਦ ਕੇਜਰੀਵਾਲ ਜੀ ਸਾਡੇ ਸੁਪਰੀਮੋ, ਮੁੱਖ ਮੰਤਰੀ ਭਗਵੰਤ ਮਾਨ ਜੀ ਹਰੇਕ ਵਾਅਦੇ ਨੂੰ ਬੜੀ ਕਲੀਅਰ ਕਰਕੇ ਫਿਰ ਉਹਨੂੰ ਅਨਾਉਂਸ ਕਰਦੇ ਆ। ਠੀਕ ਹੈ, ਦੇਵਾਨੰਦ ਤੁਹਾਡਾ ਬਹੁਤ ਬਹੁਤ ਧੰਨਵਾਦ ਤੇ ਕੁਲਵੀਰ ਜੀ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ।